ਸਿੱਖ ਨੌਜਵਾਨਾਂ ਦੇ ਕਹਿਣ 'ਤੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਕਿ ਆਪਣੇ ਗੌਰਵਮਈ ਸਿੱਖ ਇਤਿਹਾਸ ਬਾਰੇ ਗੁਰਮਤਿ ਅਨੁਕੂਲ ਲਿਖੀਆਂ ਪੁਸਤਕਾਂ ਨੂੰ ਪੜ੍ਹਨਾ ਸ਼ੁਰੂ ਕਰੀਏ। ਇਹ ਉਪਰਾਲਾ ਇਸ ਲਈ ਸ਼ੁਰੂ ਕੀਤਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹਰ ਸਿੱਖ ਗਿਆਨ ਦਾ ਭੰਡਾਰਾ ਬਣ ਜਾਵੇ ਅਤੇ ਕੋਈ ਵੀ ਤਾਕਤ ਸਿੱਖਾਂ ਨੂੰ ਗੁੰਮਰਾਹ ਕਰਨ ਵਿੱਚ ਕਾਮਯਾਬ ਨਾ ਹੋ ਸਕੇ, ਸਾਡੇ ਕੋਲ ਇੰਨਾ ਗਿਆਨ ਹੋਵੇ ਕਿ ਅਸੀਂ ਦੁਸ਼ਮਣ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੇ ਕਾਬਿਲ ਹੋ ਸਕੀਏ। ਇਸੇ ਕਰਕੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਹਰ ਰੋਜ਼ 5-10 ਮਿੰਟ ਕੱਢ ਕੇ ਆਪਣੇ ਇਤਿਹਾਸ ਨਾਲ ਜੁੜਨ ਦਾ ਯਤਨ ਕਰੋਗੇ ਅਤੇ ਸਿੱਖ ਵੋਇਸ ਵੱਲੋਂ ਕੀਤੀ ਜਾ ਰਹੀ ਮਿਹਨਤ ਨੂੰ ਸਫਲਾ ਬਣਾਉਣ ਵਿੱਚ ਸਾਡਾ ਸਾਥ ਦਿਓਗੇ। ਮੀਰ ਤਮੂਰ ਉਹ ਆਪਣੀ ਤਾਰੀਖ ਵਿੱਚ ਆਪੇ ਲਿਖਦਾ ਹੈ ਕਿ ਮੇਰੇ ਹੁਕਮ ਦੇ ਨਾਲ ਇਲਾਕੇ ਦੀਪਾਲਪੁਰ ਵਿੱਚ 50,000, ਅਯੁੱਧਿਆ ਦੇ ਪਰਗਣੇ ਵਿੱਚ 14,000, ਬਨਾਰਸ ਦੇ ਵਿੱਚ 33,000 ਹਿੰਦੂ ਬ੍ਰਾਹਮਣ ਕਤਲ ਕੀਤੇ ਅਤੇ ਉਹਨਾਂ ਦੀਆਂ ਕੁੜੀਆਂ ਮੁੰਡੇ ਦਾਸ ਦਾਸੀਆਂ ਕੀਤੇ ਗਏ। ਜਜ਼ੀਆ ਲਾਉਣ ਬਦਲੇ ਪਟਨੇਰ ਵਿੱਚ ਹਾਰ ਹੋਣ ਕਰਕੇ 29,000 ਹਿੰਦੂ ਕੋਠੀਆਂ ਵਿੱਚ ਬੰਦ ਕਰਕੇ ਸੜਵਾ ਦਿੱਤੇ। 1.5 ਲੱਖ ਤੁਰਕੀ ਸਿਪਾਹੀ ਕੇਵਲ ਹਿੰਦੂਆਂ ਨੂੰ ਲੁੱਟਣ ਵਾਸਤੇ ਛੱਡਿਆ। ਦਿੱਲੀ 'ਚ ਪਹੁੰਚ ਕੇ ਮੈਂ 15 ਦਿਨ ਚੈਨ ਨਾਲ ਬੈਠਾ, ਫਿਰ ਮੈਨੂੰ ਖਿਆਲ ਫੁਰਿਆ ਕਿ ਮੇਰਾ ਆਉਣਾ ਹਿੰਦੁਸਤਾਨ ਵਿੱਚ ਹਿੰਦੂਆਂ ਦੇ ਨਾਸ ਕਰਨ ਨੂੰ ਹੈ ਅਤੇ ਉਹਨਾਂ ਦਾ ਮਾਲ ਮੋਮਨਾਂ ਨੂੰ ਲੁਟਵਾਉਣ ਵਾਸਤੇ ਹੈ। ਆਰਾਮ ਨਾਲ ਬੈਠਣਾ ਮੇਰੇ ਵਾਸਤੇ ਹਰਾਮ ਹੈ। ਇਹ ਸੋਚ ਕੇ ਗੰਗਾ ਦੇ ਆਰ ਪਾਰ ਬੇਸ਼ੁਮਾਰ ਹਿੰਦੂ ਲੁੱਟੇ, ਬੇਸ਼ੁਮਾਰ ਹਿੰਦੂ ਮਾਰੇ ਅਤੇ ਕੰਗਾਲ ਕਰਕੇ ਰੱਖ ਦਿੱਤੇ। ਕਈ ਪਰਬਤੀ ਰਾਜਿਆਂ ਨੂੰ ਧੱਕੇ ਦੇ ਨਾਲ ਗਾਂ ਦਾ ਮਾਸ ਖਵਾਇਆ। ਫਿਰ ਸਮਰਕੰਦ ਪਹੁੰਚਣ ਤੱਕ 7 ਲੱਖ ਦੇ ਲਗਭਗ ਹਿੰਦੂ ਕਤਲ ਕੀਤਾ ਅਤੇ 2 ਲੱਖ ਨੂੰ ਮੁਸਲਮਾਨ ਬਣਾਇਆ। ਜੇ ਤੋਂ ਹੁਣ ਮੈਂ ਆਪ ਨੂੰ ਬਹਿਸ਼ਤ ਦਾ ਅਧਿਕਾਰੀ ਸਮਝਦਾ ਹਾਂ। ਇਹ ਗੱਲ ਉਹ ਖੁਦ ਲਿਖਦਾ ਹੈ ਮੀਰ ਤੈਮੂਰ ਆਪਣੀ ਤਾਰੀਖ ਦੇ ਵਿੱਚ ਕਿ ਮੈਂ ਇੰਨਾ ਕੁਝ ਕੀਤਾ। ਅੱਗੇ ਚੱਲੀਏ। ਬਾਬਰ ਸ਼ਾਹ ਤਜ਼ਕ ਬਾਬਰੀ ਦੇ ਵਿੱਚ ਲਿਖਦਾ ਹੈ ਕਿ ਮੈਂ ਆਪਣੀ ਫਤਿਹ ਦੇ ਸ਼ਗਨ ਮਨਾਉਣ ਵਾਸਤੇ ਹਿੰਦੂ ਕਾਫਰਾਂ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਅੱਗ ਲਵਾ ਦਿੰਦਾ ਸੀ। ਜਿਹੜੇ ਫੜੇ ਜਾਂਦੇ ਸੀ ਉਹਨਾਂ ਨੂੰ ਆਪਣੇ ਸਾਹਮਣੇ ਤੰਬੂ ਦੇ ਕੋਲ ਕਤਲ ਕਰਵਾ ਕੇ ਸਵਰਗ ਦਾ ਭਾਗੀਦਾਰ ਬਣਦਾ ਸੀ। ਇੱਕ ਵਾਰੀ ਇੰਨੇ ਹਿੰਦੂ ਕਤਲ ਹੋਏ ਜੋ 3 ਵਾਰੀ ਮੈਨੂੰ ਤੰਬੂ ਬਦਲਾਉਣਾ ਪਿਆ। ਮੁਹੰਮਦ ਕਾਸਮ ਨੂੰ ਲਿਖਿਆ ਕਿ ਹਿੰਦੂਆਂ ਨੂੰ ਅਮਨ ਕਦੇ ਨਹੀਂ ਦੇਣਾ, ਦੀਨ ਵਿੱਚ ਲਿਆਉਣਾ, ਲੁੱਟ ਮਾਰ ਕੇ ਕੰਗਾਲ ਕਰਨਾ ਇਹ ਮੋਮਨਾਂ ਦਾ ਧਰਮ ਹੈ। ਇਸੇ ਮੁਹੰਮਦ ਕਾਸਮ ਨੇ ਪ੍ਰਗਣੇ ਦੀਪਾਲਪੁਰ ਨੂੰ ਲੁੱਟ ਕੇ ਬਹੁਤ ਮੰਦਰਾਂ ਮੂਰਤੀਆਂ ਤੋੜੇ, ਕਈ ਕਰੋੜਾਂ ਰੁਪਈਏ ਨਕਦ ਅਤੇ ਲੱਖਾਂ ਰੁਪਏ ਦੀ ਜਿਣਸ 8,000 ਹਿੰਦੂ ਕੈਦੀ ਬਗਦਾਦ ਵਿੱਚ ਭੇਜਿਆ। ਤਵਾਰੀਖ ਸਿੰਧ ਵਿੱਚ ਮੁਹੰਮਦ ਮੂਸਾ ਲਿਖਦਾ ਹੈ ਕਿ ਜਦੋਂ ਮੁਹੰਮਦ ਕਾਸਮ ਨੇ ਬਹਿਮਨਾਬਾਦ ਨੂੰ ਬਰਬਾਦ ਕੀਤਾ ਤਾਂ 16,000 ਹਿੰਦੂ ਕਤਲ ਕੀਤੇ ਗਏ, 20,000 ਜਵਾਨ ਮੁੰਡੇ ਕੁੜੀਆਂ ਖੜ ਕੇ ਬਗਦਾਦ ਭੇਜੇ। ਉਹਨਾਂ ਦੇ ਵਿੱਚੋਂ ਰਾਜੇ ਦੀਆਂ 2 ਬੇਟੀਆਂ ਅਤਿ ਸੁੰਦਰ ਖਲੀਫਾ ਵਲੀਦ ਦੇ ਮਹਿਲ ਵਿੱਚ ਦਾਖਲ ਕੀਤੀਆਂ ਗਈਆਂ। ਮੀਰ ਮਸੂਮ ਤਬਕਾਤ ਨਾਸਰੀ ਵਿੱਚ ਲਿਖਦਾ ਹੈ ਕਿ ਇਹ ਗੌਰੀ ਬਾਦਸ਼ਾਹ ਸ਼ਰ੍ਹਾਂ ਦੇ ਬਹੁਤ ਪੱਕੇ ਸੀ, ਕਦੇ ਕਿਸੇ ਹਿੰਦੂ ਨੂੰ ਆਰਾਮ ਨਹੀਂ ਲੈਣ ਦਿੰਦੇ ਸਨ। ਹੁਕਮ ਸੀ ਕਿ ਕੋਈ ਵੀ ਹਿੰਦੂ ਚੰਗਾ ਕੱਪੜਾ ਨਾ ਪਹਿਨੇ। ਕਣਕ, ਚੌਲ, ਮੂੰਗੀ, ਘਿਓ, ਦੁੱਧ ਇਹ ਤਾਂ ਬਿਲਕੁਲ ਹੀ ਨਾ ਖਾਵੇ। 2 ਮੰਜ਼ਿਲਾ ਮਕਾਨ ਨਾ ਬਣਾਵੇ। ਸ਼ਾਦੀ ਵਿੱਚ ਨਗਾਰਾ ਨਾ ਵਜਾਵੇ। ਕੋਈ ਵੀ ਸੁੰਦਰ ਲੜਕਾ ਜਾਂ ਲੜਕੀ ਆਪਣੇ ਘਰ ਵਿੱਚ ਨਾ ਰੱਖੇ, ਉਹਨਾਂ ਨੂੰ ਮੁਸਲਮਾਨਾਂ ਨੂੰ ਗੁਲਾਮ ਦੇਣ ਵਾਸਤੇ ਦੇ ਦੇਵੇ। ਹਿੰਦੂਆਂ ਉੱਤੇ ਤਾਂ ਐਸੇ ਸਖ਼ਤ ਜ਼ਜ਼ੀਏ ਲਾ ਰੱਖੇ ਸੀ ਕਿ ਜੇ ਤੋਂ ਤੰਗ ਹੋ ਕੇ ਅਨੇਕ ਹਿੰਦੂ ਮੁਸਲਮਾਨ ਬਣ ਗਏ। ਟਾਡ ਸਾਹਿਬ ਲਿਖਦਾ ਹੈ ਕਿ ਅਕਬਰ ਬਾਦਸ਼ਾਹ ਜੋ ਨਿਹਾਇਤ ਚੰਗਾ ਨੇਕ ਪਾਕ ਇਨਸਾਫ ਆ ਜਾਣੀਦਾ ਹੈ, ਉਹਨੇ ਜ਼ੋਰੋ ਜ਼ੋਰੀ ਅਬਦੁੱਲੇ ਸ਼ਾਹ ਦੀ ਔਰਤ ਸੁੰਦਰ ਦੇਖ ਕੇ ਆਪਣੇ ਘਰ ਰੱਖ ਲਈ ਸੀ ਅਤੇ ਹੋਰ ਅਨੇਕ ਹਿੰਦੂ ਰਾਜਿਆਂ ਨੂੰ ਧਮਕੀ ਦੇ ਕੇ ਉਹਨਾਂ ਦੀਆਂ ਧੀਆਂ ਲੈਂਦਾ ਰਿਹਾ। ਪਰਜਾ ਪਾਸੋਂ ਇੱਕ ਘੁਮਾਊ ਜ਼ਮੀਨ ਪਿੱਛੇ 5 ਮਣ ਅਨਾਜ ਲੈਂਦਾ ਸੀ। ਜਦ ਰਾਜਾ ਜਸਵੰਤ ਸਿੰਘ ਜੋਧਪੁਰੀਆ ਬੜੇ ਬੜੇ ਇਸਦੇ ਕੰਮ ਸਵਾਰ ਕੇ ਮੁਲਕ ਫਤਿਹ ਕਰ ਕਾਬਲ ਵਿੱਚ ਖਤਮ ਹੋਇਆ ਤਾਂ ਉਹਦੇ ਬਾਲ ਬੱਚੇ ਨੂੰ ਜੋ ਦਿੱਲੀ ਵਿੱਚ ਰਹਿੰਦੇ ਸੀ ਉਹਨਾਂ ਨੂੰ ਫੜ ਕੇ ਤੁਰਕ ਕਰਨ ਦਾ ਹੁਕਮ ਦੇ ਦਿੱਤਾ। ਉਦੇਪਰ ਦੇ ਰਾਣੇ ਜੈਮਲ ਦੀ ਬੇਟੀ ਵਾਸਤੇ ਚਿਤੌੜ ਦੇ ਕਿਲ੍ਹੇ ਪਰ ਇਸੇ ਹੀ ਅਕਬਰ ਬਾਦਸ਼ਾਹ ਨੇ ਕਈ ਸਾਲ ਲੜਾਈ ਰੱਖੀ, ਜਿਹਨੂੰ ਫਤਿਹ ਕਰਕੇ 30,000 ਔਰਤ ਮਰਦ ਕਤਲ ਕਰਵਾਏ। ਭਾਵੇਂ ਕਿ ਇਹੋ ਹਾਲ ਜਹਾਂਗੀਰ ਅਤੇ ਸ਼ਾਹਜਹਾਂ ਦੇ ਸਮੇਂ ਰਿਹਾ, ਪਰ ਔਰੰਗਜ਼ੇਬ ਦਾ ਜ਼ੁਲਮ ਤਾਂ ਜੇਠ ਮਹੀਨੇ ਦੀ ਦੁਪਹਿਰ ਦਾ ਸੂਰਜ ਖਲਕਤ ਨੂੰ ਤੜਫਾ ਰਿਹਾ ਸੀ।
ਜ਼ੋਰੋ ਜ਼ੋਰੀ ਹਜ਼ਾਰਾਂ ਹਿੰਦੂਆਂ ਨੂੰ ਰੋਜ਼ ਹਰ ਰੋਜ਼ ਮੁਸਲਮਾਨ ਬਣਾਇਆ ਜਾਂਦਾ ਸੀ। ਬੇਸ਼ੱਕ ਅਕਬਰ ਰਾਜੇ ਨੂੰ ਵਿਪਰਵਾਦੀ ਲੋਕ ਉਧਾਰਵਾਦੀ ਨਿਰਪੱਖ ਅਤੇ ਕੱਟੜਤਾ ਤੋਂ ਰਹਿਮ ਸਮਝਦੇ ਸਨ, ਪਰੰਤੂ ਅਕਬਰ ਦੇ ਹਰਮ ਵਿੱਚ ਤਕਰੀਬਨ 5,000 ਔਰਤਾਂ ਸਨ। ਕਈ ਨਾਮੀ ਰਾਜਪੂਤ ਰਾਜਿਆਂ ਨੇ ਅਕਬਰ ਨੂੰ ਬੇਟੀਆਂ ਦੇ ਕੇ ਸੰਬੰਧ ਸਥਾਪਿਤ ਕੀਤੇ ਸਨ। ਰਾਜਾ ਮਾਨ ਸਿੰਘ ਰਾਜਪੂਤ, ਜਿਹਨੇ ਜਿੱਥੇ ਅਕਬਰ ਦੀ ਹਰ ਲੜਾਈ ਵਿੱਚ ਮਦਦ ਕੀਤੀ, ਉੱਥੇ ਆਪਣੀ ਬੇਟੀ ਵੀ ਅਕਬਰ ਨੂੰ ਦੇ ਦਿੱਤੀ। ਅਕਬਰ ਕੋਲੋਂ ਅਹੁਦੇ ਅਤੇ ਜਗੀਰਾਂ ਹਾਸਲ ਕਰਨ ਦੇ ਲਈ ਕਈ ਰਾਜਪੂਤ ਰਾਜਿਆਂ ਨੇ ਆਪਣੀਆਂ ਬੇਟੀਆਂ ਅਕਬਰ ਦੀ ਸੇਜ ਦਾ ਸ਼ਿੰਗਾਰ ਬਣਾ ਦਿੱਤੀਆਂ। ਰਾਜਪੂਤ ਰਾਜੇ ਭਗਵਾਨ ਦਾਸ ਦੀ ਭਤੀਜੀ ਜੋਧਾ ਬਾਈ ਉਹਦੀ ਮਿਸਾਲ ਪ੍ਰਮੁੱਖ ਹੈ। ਜ਼ਿਕਰਯੋਗ ਹੈ ਕਿ ਮਹੇਸ਼ ਦਾਸ, ਜਿਹਨੂੰ ਬੀਰਬਲ ਦੇ ਨਾਮ ਨਾਲ ਜਾਣਿਆ ਜਾਂਦਾ, ਇਸ ਚਲਾਕ ਬ੍ਰਾਹਮਣ ਨੇ ਵੀ ਅਕਬਰ ਨੂੰ ਇੱਕ ਰਾਜੇ ਵੱਲੋਂ ਆਪਣੀ ਬੇਟੀ ਦੇ ਵਿਆਹ ਅਕਬਰ ਨਾਲ ਕਰਨ ਸਮੇਂ ਦਹੇਜ ਦੇ ਰੂਪ ਵਿੱਚ ਦਿੱਤਾ ਸੀ। ਅਕਬਰ ਨੂੰ ਪ੍ਰਸੰਨ ਕਰਨ ਲਈ ਤਾਂ ਵਿਪਰਵਾਦੀ ਪ੍ਰੋਹਤਾਂ ਨੇ ਹਰ ਹੀਲਾ ਵਰਤਿਆ। ਲਾਹੌਰੀ ਰਾਮ ਬਾਲੀ ਤਾਂ ਇੱਥੋਂ ਤੱਕ ਲਿਖਦੇ ਹਨ ਕਿ ਅਕਬਰ ਨੂੰ ਪ੍ਰਸੰਨ ਕਰਨ ਵਾਸਤੇ ਹਿੰਦੂ ਪ੍ਰੋਹਤਾਂ ਨੇ ਅੱਲਾ ਉਪਨਿਸ਼ਤ ਨਾਮ ਦਾ ਨਵਾਂ ਉਪਨਿਸ਼ਤ ਵੀ ਲਿਖ ਦਿੱਤਾ। ਰਾਜਾ ਸ਼ਾਹਜਹਾਨ, ਉਹਦੇ ਕਿਲੇ ਵਿੱਚ ਸੁੰਦਰਤਾ ਦੀ ਨੁਮਾਇਸ਼ ਲਈ ਮੀਨਾ ਬਾਜ਼ਾਰ ਲੱਗਦਾ ਸੀ। ਬਿਲਕੁਲ ਇਸੇ ਨਾਮ ਉੱਪਰ ਇੱਕ ਟੀਵੀ ਚੈਨਲ 'ਤੇ ਵੀ ਪ੍ਰੋਗਰਾਮ ਚੱਲਦਾ ਰਿਹਾ ਹੈ, ਜੋ ਤਕਰੀਬਨ 8 ਦਿਨ ਮੇਲੇ ਵਾਂਗ ਚੱਲਦਾ ਸੀ। ਇਸ ਸਮੇਂ ਦੌਰਾਨ ਕੋਈ ਵੀ ਮਰਦ ਕਿਲੇ ਦੇ ਅੰਦਰ ਨਹੀਂ ਸੀ ਆ ਸਕਦਾ। ਮਰਦਾਂ ਵਾਸਤੇ ਫਾਟਕ ਬੰਦ ਰਹਿੰਦਾ ਸੀ। ਕਿਲੇ ਦੇ ਅੰਦਰ ਖੂਬ ਰੰਗ ਤਮਾਸ਼ੇ ਹੁੰਦੇ ਸੀ। ਔਰਤਾਂ ਦਾ ਹੀ ਆਉਣ ਜਾਣ ਬਣਿਆ ਰਹਿੰਦਾ ਸੀ। ਇਹਨਾਂ ਜਸ਼ਨਾਂ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਦਾ ਮਕਸਦ ਕੇਵਲ ਆਪਣੇ ਸਰੀਰ ਦੀ ਨੁਮਾਇਸ਼ ਕਰਨਾ ਅਤੇ ਰਾਜੇ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹਨਾ ਹੁੰਦਾ ਸੀ। ਦਰਅਸਲ ਨੀਵੀਂ ਜ਼ਾਤ ਦੀਆਂ ਔਰਤਾਂ ਤਾਂ ਇਸ ਮੇਲੇ ਤੋਂ ਦੂਰ ਰਹਿੰਦੀਆਂ ਸਨ, ਪਰੰਤੂ ਇਹਨਾਂ ਰੰਗ ਰਲੀਆਂ ਦਾ ਸ਼ਿੰਗਾਰ ਵਧੇਰੇ ਕਰਕੇ ਹਿੰਦੂ ਔਰਤਾਂ ਹੀ ਸਨ। ਇਤਿਹਾਸ, ਖਾਸ ਕਰਕੇ ਮੁਗਲ ਕਾਲ ਦੀ ਘੋਖ ਕੀਤੀ ਜਾਵੇ ਤਾਂ ਸਾਰਾ ਇਤਿਹਾਸ ਹੀ ਐਸੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ ਜਦੋਂ ਬਹੁਗਿਣਤੀ ਹਿੰਦੂ ਰਜਵਾੜਿਆਂ ਨੇ ਕੇਵਲ ਰਾਜਸੀ ਲਾਭ ਪ੍ਰਾਪਤੀ ਜਾਂ ਜਗੀਰ ਪ੍ਰਾਪਤੀ ਵਾਸਤੇ ਆਪਣੀ ਅਣਖ ਇੱਜ਼ਤ ਤੱਕ ਮੁਗਲਾਂ ਦੇ ਹਵਾਲੇ ਕਰ ਦਿੱਤੀ ਸੀ। ਟੀਪੂ ਸੁਲਤਾਨ, ਜਿਹਨੂੰ ਮੈਸੂਰ ਦਾ ਸ਼ੇਰ ਆਖਿਆ ਜਾਂਦਾ ਹੈ, ਉਹਨੇ ਹਜ਼ਾਰਾਂ ਹੀ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ, ਗਊ ਦਾ ਮਾਸ ਖਵਾਇਆ ਅਤੇ ਹਿੰਦੂ ਔਰਤਾਂ ਮਰਦਾਂ ਨੂੰ ਗੁਲਾਮ ਬਣਾ ਕੇ ਰੱਖਿਆ। ਪਲਾਸੀ ਦੀ ਲੜਾਈ ਦੇ ਵਿੱਚ ਅੰਗਰੇਜ਼ ਸੈਨਾਪਤੀ ਲਾਰਡ ਕਲਾਈਵ ਨੇ ਸਰਜਦੌਲਾ ਦੇ 4 ਵਿੱਚੋਂ 3 ਹਿੰਦੂ ਸੈਨਾਪਤੀਆਂ ਰਾਮ ਵਲੱਭ, ਜਗਤ ਸੇਠ ਅਤੇ ਮਾਨਕ ਚੰਦ ਨੂੰ ਖਰੀਦਿਆ ਅਤੇ ਅੰਗਰੇਜ਼ਾਂ ਨੇ ਉਹ ਲੜਾਈ ਜਿੱਤ ਕੇ ਪੂਰੀ ਤਰ੍ਹਾਂ ਬੰਗਾਲ 'ਤੇ ਕਬਜ਼ਾ ਕੀਤਾ। 1857 ਈਸਵੀ ਦੀ ਛੋਟੀ ਜਿਹੀ ਬਗਾਵਤ ਵਿੱਚ ਸਰਗਰਮ ਨਾਨਾ ਸਾਹਿਬ ਨੂੰ ਮਹਾਰਾਜਾ ਸਿੰਧੀਆ ਨੇ ਅੰਗਰੇਜ਼ਾਂ ਦੇ ਹਵਾਲੇ ਕੀਤਾ। ਇੱਥੋਂ ਤੱਕ ਕਿ ਚਰਬੀ ਵਾਲੇ ਕਾਰਤੂਸ ਜਿਨ੍ਹਾਂ ਤੋਂ ਇਸ ਬਗਾਵਤ ਦਾ ਮੁੱਢ ਬੱਝਾ ਸੀ, ਚਰਬੀ ਵੀ ਇੱਕ ਬ੍ਰਾਹਮਣ ਠੇਕੇਦਾਰ ਨੇ ਸਪਲਾਈ ਕੀਤੀ ਸੀ। ਸੋ ਇਹ ਕੁਝ ਅਖੌਤੀ ਰਾਸ਼ਟਰਵਾਦੀਆਂ ਦੀ ਰਾਸ਼ਟਰ ਪ੍ਰਤੀ ਕੀਤੇ ਕਾਰਜਾਂ ਦਾ ਲੇਖਾ ਜੋਖਾ ਸੀ, ਜਿਹੜੇ ਅੱਜ ਆਪਣੇ ਆਪ ਨੂੰ ਰਾਸ਼ਟਰਵਾਦੀ ਸਰਵੋਤਮ ਅਖਵਾਉਂਦੇ ਹਨ ਅਤੇ 80% ਤੋਂ ਉੱਪਰ ਕੁਰਬਾਨੀਆਂ ਦੇ ਕੇ ਦੇਸ਼ ਦੇ ਗਲੋਂ ਗੁਲਾਮੀ ਦਾ ਜੂਲਾ ਲਾਉਣ ਵਾਲੇ ਸਿੱਖਾਂ ਨੂੰ ਇਹ ਦੇਸ਼ ਧਰੋਈ ਆਖਦੇ ਹਨ।